ਹੈਲੋ ਫਰੈਂਡਸ, ਮਾਈ ਨੇਮ ਇਜ਼ ਮਿਸਿਸ ਰੁਪਿੰਦਰ ਕੌਰ ਢੀਂਡਸਾ ਔਰ ਤੁਸੀਂ ਦੇਖਦੇ ਹੋ ਦੇਖ ਰਹੇ ਹੋ ਆਰ ਡੀ ਬੁਟੀਕ ਚੈਨਲ। ਅੱਜ ਆਪਾਂ ਜੋ ਪਿਛਲੇ ਵੀਡੀਓ ਦੇ ਵਿੱਚ ਪਲਾਜ਼ੋ ਦੀ ਕਟਿੰਗ ਦੇਖੀ ਸੀ, ਅੱਜ ਆਪਾਂ ਉਹਦੀ ਸਟਿਚਿੰਗ ਦੇਖਾਂਗੇ। ਆਪਣੇ ਲਈ ਕੋਲ ਪਲਾਜ਼ੋ ਹੈ, ਇਹਦੀ ਕਿੱਦਾਂ ਸਟਿਚਿੰਗ ਕਰਦੇ ਹਾਂ, ਠੀਕ ਹੈ। ਔਰ ਅਗਰ ਮੈਂ ਕੋਸ਼ਿਸ਼ ਕਰੂੰਗੀ ਕਿ ਬਿਲਕੁਲ ਸਿੰਪਲ ਤਰੀਕੇ ਨਾਲ ਕਰਾਂ ਤਾਂ ਕਿ ਤੁਹਾਨੂੰ ਈਜ਼ੀਲੀ ਸਮਝ ਆ ਜਾਵੇ। ਤੁਸੀਂ ਇਸ ਨੂੰ ਦੇਖ ਕੇ ਈਜ਼ੀਲੀ ਇੱਕ ਵਧੀਆ ਜਿੱਦਾਂ ਪ੍ਰੋਫੈਸ਼ਨਲ ਤਰੀਕੇ ਨਾਲ ਆਪਾਂ ਪਲਾਜ਼ੋ ਬਣਾਉਂਦੇ ਹਾਂ, ਉੱਦਾਂ ਦਾ ਪਾਓ ਤੁਸੀਂ ਆਪਣੇ ਘਰ ਬਣਾ ਸਕੋ, ਠੀਕ ਹੈ ਜੀ। ਤਾਂ ਚਲੋ ਆਪਾਂ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਆਪਣੇ ਕੋਲ ਇਹ ਰਿਹਾ, ਇਹ ਆਪਣੇ ਕੋਲ ਫਰੰਟ ਸਾਈਜ਼ ਹੈ, ਠੀਕ ਹੈ। ਇਹ ਫਰੰਟ ਸਾਈਜ਼ ਹੈ ਔਰ ਬੈਕ ਸਾਈਡ ਆਪਣਾ ਸਾਈਡ 'ਤੇ ਪਿਆ ਹੈ। ਆਪਾਂ ਕੀ ਕਰਨਾ ਹੈ, ਦੇਖੋ ਜਿੱਦਾਂ ਤੁਸੀਂ ਇਹਨੂੰ ਕਰ ਸਕਦੇ ਹੋ ਐਂਟਰਲੋਕ ਕਰਨਾ, ਤਾਂ ਤੁਸੀਂ ਇਹਨੂੰ ਸਿੰਪਲ ਵੀ ਸੀਨ ਮਾਰ ਸਕਦੇ ਹੋ। ਤਾਂ ਮੈਂ ਇਹਨੂੰ ਐਂਟਰਲੋਕ ਨਹੀਂ ਕਰੂੰਗੀ, ਤਾਂ ਮੈਂ ਇੱਥੇ ਐਵੇਂ ਦਬਵੀਂ ਸੀਨ ਮਾਰੂੰਗੀ, ਸੀਨ ਨੂੰ ਦੱਬ ਕੇ, ਠੀਕ ਹੈ। ਇਹ ਆਪਣਾ ਫਰੰਟ ਸਾਈਡ ਦੀ ਸਟਿਚਿੰਗ ਹੋ ਗਈ ਹੈ, ਠੀਕ ਹੈ। ਆਪਾਂ ਇਹਨੂੰ ਇਹਦਾ ਕਰੋਚ ਏਰੀਆ ਐਡ ਕਰ ਲਿਆ, ਠੀਕ ਹੈ। ਹੁਣ ਆਪਾਂ ਕਰਦੇ ਹਾਂ ਬੈਕ ਸਾਈਡ 'ਤੇ ਸੇਮ, ਆਪਾਂ ਬੈਕ ਸਾਈਡ ਵੀ ਇੱਦਾਂ ਹੀ ਐਡ ਕਰ ਲਾਂਗੇ, ਠੀਕ ਹੈ ਜੀ। ਇਹ ਆਪਾਂ ਸੇਮ ਲਾਉਂਦੇ ਹਾਂ, ਇਹ ਹੁਣ ਆਪਣੀ ਬੈਕ ਸਾਈਡ ਦੀ ਵੀ ਹੋ ਗਈ। ਹੁਣ ਆਪਾਂ ਕੀ ਕਰਨਾ, ਹੁਣ ਆਪਾਂ ਕਰਾਂਗੇ ਪ੍ਰੈਸ ਵਾਲੀ ਫਰੰਟ ਸਾਈਡ 'ਤੇ। ਦੇਖੋ ਇਹ ਮੈਂ ਤੁਹਾਨੂੰ ਉਸ ਟਾਈਮ ਵੀਡੀਓ 'ਚ ਵੀ ਦੱਸਿਆ ਸੀਗਾ, ਮੈਂ ਇਹਦੇ 'ਤੇ ਪ੍ਰੈਸ ਨਾਲ ਇਹ ਵਾਲੀ ਪੇਸਟਰੀਆਂ, ਦੇਖੋ ਤੁਸੀਂ ਦੇਖ ਸਕਦੇ ਨਹੀਂ ਪੱਟੀ ਜਾ ਰਹੀ, ਮੈਂ ਲਗਾ ਲਈ ਹੈ, ਠੀਕ ਹੈ। ਲਗਾ ਕੇ ਫਿਰ ਇਹਨੂੰ ਇੱਦਾਂ ਕਟਿੰਗ ਵੀ ਕਰ ਲਈ। ਹੁਣ ਜੋ ਆਪਣਾ ਐਕਸਟਰਾ ਕੱਪੜਾ ਆ ਉਹਨੂੰ ਆਪਾਂ ਕਟਿੰਗ ਕਰ ਲਾਂਗੇ। ਹੁਣ ਆਪਾਂ ਲਿਆ ਫਰੰਟ ਸਾਈਜ਼ ਆ ਗਿਆ, ਠੀਕ ਹੈ। ਹੁਣ ਦੇਖਣਾ ਆਪਣੀ ਪੱਟੀ ਸਿਰਫ ਇੰਨੀ ਆ, ਇਹ ਦੋਨੋਂ ਸਾਈਡ 'ਤੇ ਇੰਨਾ ਇੰਨਾ ਆਪਾਂ ਕੀ ਪਾਉਣਾ, ਬਲ ਪਾਉਣੇ। ਬਲ ਦੇ ਲਈ ਕੀ ਕਰਾਂਗੇ, ਸਿਲਾਈ ਤਾਂ ਛੱਡਾਂਗੇ, ਜਿਹੜਾ ਇੱਧਰੋਂ ਇਹ ਦੇਖੋ ਇਹਨੂੰ ਸੈਂਟਰ 'ਚ ਕਰ ਲਿਆ, ਠੀਕ ਹੈ। ਸਿਲਾਈ ਦਾ ਆਪਾਂ ਇੰਨਾ ਛੱਡ ਕੇ ਇਸ ਜਗ੍ਹਾ 'ਤੇ ਆਪਾਂ ਕੱਟ ਲਗਾਤੇ। ਕੋਈ ਮੇਜ਼ਰਮੈਂਟ ਦੀ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ, ਐਵੇਂ ਜ਼ਿਆਦਾ ਕਿਸੇ ਵੀ ਚੀਜ਼ 'ਚ ਉਲਝਣ ਦੀ ਜ਼ਰੂਰਤ ਨਹੀਂ ਹੈ। ਹੁਣ ਤੁਸੀਂ ਕੀ ਕਰਨਾ, ਤੁਸੀਂ ਸਿੰਪਲ ਇੱਥੇ ਰੱਖਣਾ ਇਹਨੂੰ, ਠੀਕ ਹੈ। ਸੋਰੀ, ਇਹਨੂੰ ਫੋਲਡ ਕਰੋ ਕਿਉਂਕਿ ਆਪਾਂ ਹਾਫ ਲੈ ਰਹੇ ਹਾਂ, ਆਹ ਚੀਜ਼ ਆਪਣੇ ਕੋਲ, ਠੀਕ ਹੈ। ਤੁਸੀਂ ਕੀ ਕਰਨਾ, ਇਹਨੂੰ ਇੱਥੇ ਰੱਖਣਾ, ਆਹ ਆਪਣਾ ਕੱਟ ਹੈ, ਇਹ ਕਿੱਥੋਂ ਤੱਕ ਜਾ ਸਕਦਾ, ਇਹ ਇੱਥੋਂ ਤੱਕ ਆ ਜਾਊਗਾ, ਆ ਆਪਣੇ ਕੋਲ ਆਪਣੀ ਪਲੇਟ, ਠੀਕ ਹੈ। ਹੁਣ ਦੇਖੋ ਹੁਣ ਫਰਕ ਇੱਥੇ ਹੈ ਕਿ ਤੁਸੀਂ ਸਿੰਗਲ ਪਲੇਟ ਪਾਉਣੀ ਆ ਜਾਂ ਡਬਲ ਪਾਉਣੀ ਆ। ਅਗਰ ਤੁਸੀਂ ਡਬਲ ਪਲੇਟ ਪਾਉਣੀ ਤਾਂ ਇਹਦਾ ਕੀ ਮਤਲਬ ਹੈ, ਇੰਨੇ ਇੰਨੇ ਤਕਰੀਬਨ ਆਪਣੇ ਇੱਕ ਇੱਕ ਇੰਚ ਦੀਆਂ ਦੋ ਪਲੇਟ ਪੈਣਗੀਆਂ, ਠੀਕ ਹੈ। ਤਾਂ ਆਪਾਂ ਕੀ ਕਰਾਂਗੇ, ਅਗਰ ਤੁਸੀਂ ਸਿੰਗਲ ਪਾਉਣੀ ਹੈ ਤਾਂ ਇੱਥੋਂ ਆਪਾਂ ਨੂੰ ਪਤਾ ਚੱਲ ਹੀ ਚੁੱਕਿਆ ਪਲੇਟ ਦਾ, ਠੀਕ ਹੈ। ਹਾਂਜੀ, ਹੁਣ ਆਪਾਂ ਕੀ ਕਰਨਾ, ਆਪਾਂ ਇਹਦੇ ਵਿੱਚ ਦੋ ਪਲੇਟ ਪਾਉਣੇ। ਸਿੰਗਲ ਪਲੇਟ ਤਾਂ ਮੈਂ ਤੁਹਾਨੂੰ ਦੱਸਤਾ ਸੀ ਕੀ ਕਰਨਾ, ਤੁਸੀਂ ਇੰਨਾ ਕੁ ਆਪਾਂ ਛੱਡ ਕੇ ਇਹਦਾ, ਠੀਕ ਹੈ, ਇੱਥੇ ਕੱਟ ਲਗਾ ਲਿਆ। ਕੱਟ ਲਗਾ ਕੇ ਆਪਾਂ ਸਿੰਪਲ ਇਹਦੇ 'ਤੇ ਐਵੇਂ ਕਰਕੇ ਪੱਟੀ ਰੱਖ ਕੇ ਦੇਖ ਲਾਂਗੇ ਇੱਦਾਂ ਕਿ ਆਪਣੀ ਪੱਟੀ ਮੇਚ ਆਉਂਦੀ ਹੈ ਜਾਂ ਨਹੀਂ ਆਉਂਦੀ, ਠੀਕ ਹੈ। ਤਾਂ ਜਿੰਨੀ ਕੁ ਪੱਟੀ ਨਹੀਂ ਮੇਚ ਆਊਗੀ ਆਪਾਂ ਉਨਾ ਕੁ ਹੋਰ ਕੱਪੜੇ ਨੂੰ ਅੰਦਰ ਨੂੰ ਕਰਕੇ ਇੱਦਾਂ ਪੱਟੀ ਮੀਚ ਕਰਾ ਲਾਂਗੇ। ਪਰ ਹੁਣ ਜੇ ਆਪਾਂ ਨੂੰ ਲੱਗ ਰਿਹਾ ਕਿ ਆਪਣੀ ਹੁਣ ਪਲੇਟ ਬਹੁਤ ਵੱਡੀ ਪੈ ਰਹੀ ਇੱਕ, ਤਾਂ ਆਪਾਂ ਇਹਦੀ ਬਜਾਏ ਦੋ ਪਾਉਣੀ ਆ। ਆਪਾਂ ਕੀ ਕਰ ਸਕਦੇ ਹਾਂ, ਸਾਰਾ ਦੇਖੋ ਸੀਨ ਦਾ ਛੱਡ ਕੇ ਕਿੰਨਾ ਦੇਖਿਆ, ਤਕਰੀਬਨ ਆਪਾਂ 10.5-10 ਹੋ ਗਿਆ, ਠੀਕ ਹੈ। ਆਪਾਂ 10 ਦਾ ਤੀਜਾ ਹਿੱਸਾ ਦੇਖਿਆ ਕਿੰਨਾ ਆਇਆ, 3, ਠੀਕ ਹੈ। ਆਪਾਂ ਇਹ ਕੀਤਾ, ਇੱਥੋਂ ਜਾ ਕੇ 3-3 ਨਿਸ਼ਾਨ ਲਾਇਆ। ਆਪਾਂ ਨੂੰ ਪਤਾ ਵੀ ਆਪਾਂ ਕੀ ਆ, 1-1 ਇੰਚ ਦਾ ਬਲ ਪਾਉਣਾ। ਤੁਸੀਂ ਪਹਿਲਾਂ ਦੇਖ ਹੀ ਲਿਆ ਕਿ ਆਪਣੇ 1-1 ਇੰਚ ਦੇ ਦੋ ਬਲ ਪੈਣਗੇ ਜਾਂ ਫਿਰ ਆਪਣੇ 2 ਇੰਚ ਦਾ ਇੱਕ ਬਲ ਪਊਗਾ, ਠੀਕ ਹੈ। ਤਾਂ ਇੱਥੇ ਆ ਗਿਆ 4, ਇੱਕ ਬਲ ਤਾਂ ਆਪਣਾ ਇੱਥੇ ਪੈ ਜਾਊਗਾ, ਠੀਕ ਹੈ।
ਹੁਣ ਇੱਦੂ ਗਾ ਫਿਰ 3 ਇੰਚ 'ਤੇ ਇੱਕ ਵਾਰ ਆਪਣਾ ਇੱਥੇ ਪੈ ਜਾਊਗਾ, ਠੀਕ ਹੈ ਜੀ। ਇੱਕ ਵਾਰ ਆਪਣਾ ਇਹ ਪੈ ਗਿਆ, ਪਰ ਇੱਕ ਵਾਰ ਆਪਣਾ ਇਹ ਪੈ ਗਿਆ, ਠੀਕ ਹੈ। ਹੁਣ ਇਹ ਕਿੱਥੇ ਕਿੱਥੇ ਤੱਕ ਪੈਣੇ ਹੁਣ ਆਪਾਂ ਦੇਖਦੇ ਹਾਂ, ਤਕਰੀਬਨ ਤੁਸੀਂ 4.5 ਜਾਂ 5 ਤੇ ਪਾ ਸਕਦੇ ਹੋ, ਠੀਕ ਹੈ। ਤਾਂ ਇਹਨਾਂ ਦਾ ਇਹ ਕਿਉਂਕਿ ਇਹ ਥੋੜ੍ਹੇ ਪਤਲੇ ਨਹੀਂ ਤਾਂ ਆਪਾਂ 5 ਤੱਕ ਪਾ ਦਾਂਗੇ, ਇੱਥੋਂ ਤੱਕ ਆਪਣਾ ਇਹ ਪਲੇਟ ਆ ਜੂਗੀ, ਠੀਕ ਹੈ, ਇੱਥੋਂ ਤੱਕ, ਠੀਕ ਹੈ। ਚਲੋ ਹੁਣ ਆਪਣਾ ਪਲੇਟ ਪਾ ਲਈਏ, ਆਪਾਂ ਪਲੇਟਸ ਪਾ ਲਈਆਂ ਨੇ ਦੋ ਦੋ, ਆ ਦੇਖੋ ਦੋ ਦੋ ਪਲੇਟਸ ਪਾ ਲਈਆਂ। ਹੁਣ ਆਪਾਂ ਇਹਦੇ ਨਾਲ ਇਹ ਵਾਲੀ ਬੁਕਰਮ ਵਾਲੀ ਪੱਟੀ ਲਗਾਵਾਂਗੇ, ਇੱਕ ਸਾਈਡ ਇਸ ਸਾਈਡ ਤੋਂ ਆਪਾਂ ਲਗਾਉਣੀ ਸ਼ੁਰੂ ਕਰਦੇ ਹਾਂ, ਠੀਕ ਹੈ। ਬੁਕਰਮ ਵਾਲੀ ਆਪਾਂ ਉਸ ਸਾਈਡ ਦੀ ਅਟੈਚ ਕਰ ਦਾਂਗੇ, ਆਪਣੀ ਇਹ ਸੀਨ ਲੱਗ ਗਈ। ਹੁਣ ਇਹਨੂੰ ਆਪਾਂ ਅੱਗੇ ਮੈਂ ਫੋਲਡ ਕਰਾਂਗੇ ਅਤੇ ਇਹ ਕੱਪੜੇ ਨੂੰ ਅੰਦਰ ਵਿੱਚ ਅੰਦਰ ਵਾਲੀ ਸਾਈਡ ਫੋਲਡ ਕਰਕੇ ਫਰੰਟ 'ਤੇ ਸੀਨ ਲਗਾਵਾਂਗੇ। ਠੀਕ ਹੈ, ਆਪਣਾ ਫਰੰਟ ਸਾਈਡ ਕੀ ਹੈ ਬਣ ਕੇ ਤਿਆਰ ਹੋ ਗਿਆ, ਠੀਕ ਹੈ। ਹੁਣ ਇਹਨੂੰ ਆਪਾਂ ਸਾਈਡ 'ਤੇ ਰੱਖਦੇ ਹਾਂ, ਬੈਕ ਸਾਈਡ 'ਤੇ ਆਪਾਂ ਇਹ ਆਪਣਾ ਕੱਦ ਦੇ ਵਿੱਚ ਹੈ ਕਿਉਂਕਿ ਆਪਾਂ ਕਰੋਚ ਏਰੀਏ ਤੋਂ 2.25 ਇੰਚ ਜ਼ਿਆਦਾ ਰੱਖਿਆ ਸੀ, ਠੀਕ ਹੈ। ਤਾਂ ਹੁਣ ਆਪਾਂ ਇੱਥੇ ਪੱਟੀ ਲਗਾਵਾਂਗੇ, ਬੈਕ ਸਾਈਡ 'ਤੇ ਵਾਲੀ ਪੱਟੀ ਅਟੈਚ ਕਰ ਲਈ ਹੈ, ਠੀਕ ਹੈ। ਹੁਣ ਆਪਾਂ ਇਹਨੂੰ ਕੀ ਕਰਨਾ ਆ, ਇਹ ਦੋਨੇ ਪੀਸਿਸ ਨੂੰ ਆਪਾਂ ਅਟੈਚ ਕਰਨਾ। ਆਪਾਂ ਕੀ ਕਰਨਾ, ਜਿਸ ਜਗ੍ਹਾ 'ਤੇ ਰੱਖ ਕੇ ਇਹਨੂੰ ਅਟੈਚ ਕੀਤਾ ਸੀ ਪੱਟੀ ਨੂੰ, ਉਸੇ ਜਗ੍ਹਾ 'ਤੇ ਰੱਖ ਕੇ ਇਹਨਾਂ ਨੂੰ ਅਟੈਚ ਕਰਨਾ, ਆਪਾਂ ਜਿਹੜਾ ਆਪਣਾ ਇਹ ਵਾਲੀ ਸੀਨ ਹੈ ਸੈਂਟਰ ਵਾਲੀ ਕਰੋਚ ਏਰੀਆ ਵਾਲੀ, ਹੁਣ ਆਪਾਂ ਇਹ ਸੀਨ ਲਗਾ ਲਾਂਗੇ। ਦੇਖੋ ਪਲਾਜ਼ੋ ਮਨ ਦਾ ਵਹਿਮ ਹੈ, ਟਫ ਹੈ, ਔਖਾ ਆ, ਪਲਾਜ਼ੋ ਬਹੁਤ ਸੌਖਾ ਆ। ਔਰ ਜੇ ਅਗਰ ਤੁਸੀਂ ਬਣਾਉਣ ਲੱਗੋਗੇ ਤੁਸੀਂ ਦੇਖੋਗੇ ਕਿ ਸਲਵਾਰ ਨਾਲੋਂ ਕਿਤੇ ਜ਼ਿਆਦਾ ਘੱਟ ਟਾਈਮ ਦੇ ਵਿੱਚ ਪਲਾਜ਼ੋ ਬਣ ਕੇ ਤਿਆਰ ਹੋ ਜਾਂਦਾ। ਦੇਖੋ ਆਪਾਂ 32 ਇੰਚ ਮਤਲਬ 16 ਇੰਚ ਦੀ ਆਪਣੀ ਹੋਇਆ ਆ ਗਿਆ ਆਪਣਾ 16, ਠੀਕ ਹੈ, ਕਮਰ ਤਿਆਰ। ਤਾਂ ਆਪਾਂ ਇਹਦੇ 'ਚੋਂ ਕੀ ਕਰਦੇ ਹਾਂ, ਆਪਾਂ ਇਹਦੇ 'ਚੋਂ 4 ਇੰਚ ਜਾਂ ਤੁਸੀਂ 5 ਇੰਚ ਵੀ ਮਾਈਨਸ ਕਰ ਸਕਦੇ ਹੋ। ਤਾਂ ਆਪਾਂ ਇਹਦੇ ਵਿੱਚੋਂ 4 ਇੰਚ ਮਾਈਨਸ ਕਰਦੇ ਹਾਂ, ਆਪਾਂ 12 'ਤੇ ਰੱਖ ਕੇ 12 ਇੰਚ ਦੀ ਕੱਟ ਲੈਂਦੇ ਹਾਂ, ਠੀਕ ਹੈ। ਹਾਂਜੀ, ਹੁਣ ਆਪਾਂ ਦੇਖੋ ਇਲਾਸਟਿਕ ਪਾਣੀ, ਇਲਾਸਟਿਕ ਕਿੱਦਾਂ ਪਾਉਣੀ ਹੈ। ਇਲਾਸਟਿਕ ਨੂੰ ਤੁਸੀਂ ਕੀ ਕਰੋ, ਇਸ ਜਗ੍ਹਾ 'ਤੇ ਰੱਖੋ, ਠੀਕ ਹੈ, ਉੱਪਰ ਦੀ ਕੱਪੜਾ ਲਓ, ਇਹਨੇ ਮੈਂ ਫੋਲਡ ਕੀਤਾ ਅਤੇ ਆਪਾਂ ਇੱਥੇ ਲਗਾ ਤਾ, ਠੀਕ ਹੈ। ਇਲਾਸਟਿਕ ਦਾ ਧਿਆਨ ਰਹੇ ਕਿ ਇੱਥੇ ਜਿਹੜੀ ਆਪਣੀ ਸੀਨ ਲੱਗਣੀ ਆ ਉਹ ਇਲਾਸਟਿਕ ਦੇ ਉੱਪਰ ਲੱਗੇ, ਤਾਂ ਕਿ ਆਪਾਂ ਅਟੈਚ ਕਰਨੀ ਦੋਨੋਂ ਸਾਈਡ ਇਲਾਸਟਿਕ। ਪੱਕਾ ਕਰ ਲਓ ਇੱਕ ਸੀਨ ਨਹੀਂ ਲਗਾਉਣੀ, ਤੁਸੀਂ ਇੱਕ ਦੋ ਸੀਨ ਲਗਾਉਣੀਆਂ, ਠੀਕ ਹੈ।
ਦੂਜੀ ਸਾਈਡ ਵੀ ਸੇਮ ਧਿਆਨ ਰਹੇ, ਤੁਹਾਡਾ ਬਲ ਨਹੀਂ ਪੈਣਾ ਚਾਹੀਦਾ ਨਾ ਕੱਪੜੇ ਦੇ ਵਿੱਚ ਨਾ ਇਲਾਸਟਿਕ ਦੇ ਵਿੱਚ। ਇੱਥੇ ਲਿਜਾ ਕੇ ਇਸ ਸਾਈਡ ਲਗਾ ਦਿਉ, ਇੱਥੇ ਰੱਖ ਕੇ ਉੱਪਰ ਦੇ ਕੱਪੜੇ ਨੂੰ ਰੱਖ ਕੇ ਫੋਲਡ ਕਰਤਾ, ਠੀਕ ਹੈ। ਪਰ ਇਹ ਵਾਲੀ ਸੀਨ ਵੀ ਆਪਾਂ ਇਲਾਸਟਿਕ 'ਤੇ ਲਗਾ ਦੇਣੀ। ਉਸ ਤੋਂ ਬਾਅਦ ਕੀ ਕਰਨਾ ਆਪਾਂ, ਇਲਾਸਟਿਕ ਦੇ ਸਾਈਡ 'ਤੇ ਸੀਨ ਲਗਾਉਣੀ ਹੈ। ਦੇਖੋ ਇਲਾਸਟਿਕ ਤਾਂ ਆਪਣੀ ਆਹ ਰਹਿ ਗਈ ਨਾ, ਆਪਾਂ ਸੀਨ ਇਲਾਸਟਿਕ ਆਪਣੀ ਇਹ ਇੱਥੋਂ ਤੱਕ ਹੈ, ਆਪਾਂ ਸੀਨ ਇੱਥੇ ਲਗਾਉਣੀ ਆ। ਜਿੱਦਾਂ ਆਪਾਂ ਸਲਵਾਰ ਦੇ ਵਿੱਚ ਨੇਫਾ ਮੜਦੇ ਹਾਂ ਨਾ, ਨੇਫਾ ਬਣਾਉਂਦੇ ਹਾਂ, ਸਮਝ ਲਓ ਆਪਾਂ ਇੱਕ ਇਲਾਸਟਿਕ ਨੂੰ ਨੇਫੇ ਦੇ ਵਿੱਚ ਪਾਉਣਾ। ਬਿਲਕੁਲ ਸਾਈਡ ਸਾਈਡ 'ਤੇ ਸੀਨ ਲਾਉਣੀ, ਬੜੇ ਧਿਆਨ ਨਾਲ ਇਲਾਸਟਿਕ 'ਤੇ ਸੀਨ ਨਾ ਲੱਗ ਜੇ। ਇਹਦਾ ਕਿਉਂ ਕਰਦੇ ਹਾਂ ਇਹ ਵੀ ਮੈਂ ਤੁਹਾਨੂੰ ਦੱਸੂੰਗੀ। ਆਪਾਂ ਇਲਾਸਟਿਕ 'ਤੇ ਵੀ ਸੀਨ ਸਿੱਧੀ ਲਾ ਸਕਦੇ ਹਾਂ, ਪਰ ਆਪਾਂ ਨੂੰ ਇਵੇਂ ਕਰਨ ਦਾ ਕੀ ਫਾਇਦਾ, ਇਹ ਚੀਜ਼ ਤੁਹਾਨੂੰ ਮੈਂ ਦੱਸੂੰਗੀ। ਜਦੋਂ ਆਪਾਂ ਇਲਾਸਟਿਕ ਪਾ ਲਈ ਤੁਹਾਨੂੰ ਮੈਂ ਦਿਖਾਊਂਗੀ ਇਹ ਚੀਜ਼ ਕਰਕੇ ਕਿ ਇਹਦਾ ਫਾਇਦਾ ਕੀ ਹੈ। ਆਪਾਂ ਕੀ ਕੀਤਾ, ਆਪਾਂ ਇਲਾਸਟਿਕ ਨੇਫਾ ਬਣਾ ਕੇ ਪਾ ਲਈ ਹੈ। ਉਸ ਤੋਂ ਬਾਅਦ ਹੁਣ ਤੁਹਾਨੂੰ ਮੈਂ ਦੱਸਦੀ ਹਾਂ ਕਿ ਆਪਾਂ ਨੂੰ ਨੇਫਾ ਬਣਾਉਣ ਦਾ ਹੀ ਫਾਇਦਾ। ਜਦੋਂ ਆਪਾਂ ਇਲਾਸਟਿਕ ਨੂੰ ਇੱਦਾਂ ਖਿੱਚਾਂਗੇ, ਠੀਕ ਹੈ, ਖਿੱਚਿਆ ਨਾ, ਤਾਂ ਸਾਰੇ ਸਾਈਡ 'ਤੇ ਦੇਖੋ ਤੁਸੀਂ ਧਿਆਨ ਨਾਲ, ਹਰ ਇੱਕ ਜਗ੍ਹਾ 'ਤੇ ਇੱਕੋ ਜਿਹੇ, ਜਿਹਨੂੰ ਆਪਾਂ ਚੋਣਾਂ ਬੋਲ ਦਿੰਦੇ ਹਾਂ, ਬਲ ਬੋਲ ਦਿੰਦੇ ਹਾਂ, ਸਾਰੀ ਜਗ੍ਹਾ 'ਤੇ ਇੱਕੋ ਜਿਹੇ ਨੇ, ਠੀਕ ਹੈ। ਇਹੀ ਫਾਇਦਾ ਆ, ਨਹੀਂ ਤਾਂ ਅਗਰ ਆਪਾਂ ਆਹ ਬਣਾਉਂਦੇ ਹੋਏ ਇਲਾਸਟਿਕ ਦੇ ਉੱਪਰ ਦੀ ਸੀਨ ਲਾਉਂਦੇ ਜਾਵਾਂਗੇ ਤਾਂ ਕਿਸੇ ਜਗ੍ਹਾ 'ਤੇ ਆਪਣੇ ਤੋਂ ਵੱਧ ਖਿੱਚਿਆ ਜਾਏਗਾ, ਕਿਸੇ ਦੇ ਘੱਟ, ਅਤੇ ਉਹ ਇਕੁਅਲ ਨਹੀਂ ਆਉਂਦਾ, ਠੀਕ ਹੈ। ਹੁਣ ਆਪਾਂ ਕੀ ਕਰਨਾ, ਹੁਣ ਆਪਾਂ ਇੱਥੇ ਇੱਕ ਸੀਨ ਹੋਰ ਲਾ ਲੈਂਦੇ ਹਾਂ ਸੈਂਟਰ 'ਚ ਰੱਖ ਕੇ। ਠੀਕ ਹੈ ਜੀ, ਹਾਂ ਦੇਖੋ ਆਪਣੀ ਇਲਾਸਟਿਕ ਵੀ ਪੈ ਗਈ, ਮੈਂ ਤੁਹਾਨੂੰ ਸਿੱਧਾ ਕਰਕੇ ਦਿਖਾਉਂਦੀ ਹਾਂ। ਹੁਣ ਆਪਣੀ ਸਿਰਫ ਔਰ ਸਿਰਫ ਇਹਦੇ ਵਿੱਚ ਇੱਕ ਮੋਰੀਆਂ ਰਹਿ ਗਈਆਂ ਨੇ, ਠੀਕ ਹੈ। ਆਪਾਂ ਮੋਰੀਆਂ ਵੀ ਵੜ ਕੇ ਮੈਂ ਤੁਹਾਨੂੰ ਫਿਰ ਦਿਖਾਉਂਦੀ ਹਾਂ ਇਹ ਕਿਸ ਤਰੀਕੇ ਨਾਲ ਬਣ ਗਈਆਂ। ਆਹ ਦੇਖੋ ਆਪਣੀ ਇਲਾਸਟਿਕ ਵੀ ਪੈ ਚੁੱਕੀ ਹੈ, ਠੀਕ ਹੈ, ਆਪਣੀਆਂ ਚੋਣਾਂ ਵੀ ਪੈ ਚੁੱਕੀਆਂ ਨੇ, ਇਹ ਦੇਖੋ, ਠੀਕ ਹੈ ਜੀ। ਚਲੋ ਹੁਣ ਆਪਾਂ ਮੋਰੀਆਂ ਬਣਾ ਕੇ ਫਿਰ ਮੈਂ ਤੁਹਾਨੂੰ ਦਿਖਾਉਂਦੀ ਹਾਂ ਕਿੱਦਾਂ ਬਣ ਜਾਏਗਾ। ਹਾਂਜੀ, ਇਹ ਆਪਣਾ ਪਲਾਜ਼ੋ ਬਣ ਕੇ ਤਿਆਰ ਹੋ ਗਿਆ, ਠੀਕ ਹੈ ਜੀ। ਆਪਾਂ ਮੂਰੀਆਂ ਵੀ ਬਣਾ ਲਈਆਂ, ਹੁਣ ਮੈਂ ਤੁਹਾਨੂੰ ਇਹਦੀ ਪਿੱਕ ਵੀ ਇਹਦੇ ਵਿੱਚ ਪੇਸਟ ਕਰ ਦੂੰਗੀ ਵੀਡੀਓ ਦੇ ਵਿੱਚ ਕਿ ਬਣ ਕੇ ਪਾਇਆ ਜਦੋਂ ਆਪਾਂ ਪਾਉਂਦੇ ਹਾਂ ਅਤੇ ਕਿੱਦਾਂ ਦਾ ਆਪਾਂ ਨੂੰ ਲੱਗੂਗਾ, ਠੀਕ ਹੈ। ਤਾਂ ਇਹ ਆਪਣੀਆਂ ਚੋਣਾਂ ਰਹੀਆਂ ਨੇ, ਇਹ ਆਪਣੀ ਬੈਲਟ ਔਰ ਇਹ ਆਪਣੇ ਬੈਕ ਸਾਈਡ ਰਹੀ ਹੈ, ਠੀਕ ਹੈ। ਇਹ ਆਪਣਾ ਫਰੰਟ ਹੈ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਮੈਥਡ ਸਮਝ ਆ ਗਿਆ ਹੋਵੇਗਾ ਕਿ ਆਪਾਂ ਕਿੱਦਾਂ ਬਣਾਇਆ, ਕਿੱਦਾਂ ਰੈਡੀ ਕੀਤਾ ਆ, ਠੀਕ ਹੈ ਜੀ। ਅਗਰ ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਡਾਊਟ ਹੋਏ ਜਾਂ ਕੋਈ ਹੋਰ ਟਟੋਰੀਅਲ ਤੁਸੀਂ ਪਲਾਜ਼ੋ ਨੂੰ ਲੈ ਕੇ ਚਾਹੁੰਦੇ ਹੋ ਤਾਂ ਤੁਸੀਂ ਬੋਲ ਸਕਦੇ ਹੋ ਮੈਨੂੰ, ਠੀਕ ਹੈ। ਮੇਰੇ ਕਮੈਂਟ ਸੈਕਸ਼ਨ 'ਚ ਜਾ ਕੇ ਮੈਨੂੰ ਕਮੈਂਟ ਕਰ ਸਕਦੇ ਹੋ, ਆਪਣਾ ਨਾਪ ਸੈਂਡ ਕਰ ਸਕਦੇ ਹੋ, ਮੈਂ ਉਹਦੇ ਅਕੋਰਡਿੰਗ ਤੁਹਾਨੂੰ ਉਹਦੀ ਕਟਿੰਗ ਔਰ ਉਹਦੇ ਸਟਿਚਿੰਗ ਦੱਸ ਸਕ ਤੁਹਾਨੂੰ ਬਣ ਕਰ ਸਟਿਚਿੰਗ ਕਰਕੇ ਦਿਖਾ ਦੂੰਗੀ, ਠੀਕ ਹੈ। ਔਰ ਅਗਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਪਲੀਜ਼ ਇਸ ਨੂੰ ਲਾਈਕ ਕਰਨਾ ਔਰ ਮੈਨੂੰ ਸਪੋਰਟ ਕਰਨਾ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਔਰ ਬੈਲ ਆਈਕਨ ਨੂੰ ਜ਼ਰੂਰ ਦਬਾਉਣਾ, ਠੀਕ ਹੈ ਜੀ। ਵੀਡੀਓ ਦੇਖਣ ਲਈ ਬਹੁਤ ਬਹੁਤ ਥੈਂਕ ਯੂ।